ਆ ਦੇਖੋ ਅਸੀਂ ਨਾ ਹੁਣ ਪੀੜੀ ਬਣਾਉਣ ਲੱਗੇ ਆਂ ਨਾਲੇ ਪੀੜੀ ਬਣਾਉਨੇ ਆਂ ਤੇ ਨਾਲੇ ਗੱਲਾਂ ਕਰਦੇ ਆਂ ਮੈਂ ਤੁਹਾਨੂੰ ਨਾ ਇੱਕ ਹਦੀਸ ਦਾ ਵਾਕਿਆ ਸੁਣਾਉਣੀ ਹੈ ਇਹ ਗੁਰਬਤ ਦੇ ਬਾਰੇ ਚਾ ਸਾਡੇ ਨਬੀ پاک ਸੱਲੱਲਾਹੁ ਅਲੈਹਿਸ ਸਲਮ ਦੇ ਦੌਰ ਚ ਨਾ ਸਾਹਾਬਾ ਕਰਾਮ ਜਾਂ ਦੂਸਰੇ ਜਿਹੜੇ ਵੀ ਸੀ ਮੁਸਲਮਾਨ ਵਕਤ ਨਾਲ ਨਮਾਜ਼ ਪੜ੍ਹਦੇ ਸੀ ਵਕਤ ਤੇ ਮਸਜਿਦ ਜਾਂਦੇ ਸੀ ਸਾਹਾਬਾ ਕਰਾਮ ਦੀ ਤੇ ਕੀ ਆ ਬਾਤ ਸੀ ਬਾਕੀ ਜਿਹੜੇ ਮੁਸਲਮਾਨ ਸੀ ਨਾ ਉਹ ਵੀ ਵਕਤ ਤੇ ਜਾਂਦੇ ਸੀ ਇੱਕ ਕੋਈ ਅੱਲਾ ਦਾ ਬੰਦਾ ਬੜਾ ਗਰੀਬ ਸੀ ਜਦੋਂ ਸਾਰੇ ਮਸਜਿਦ ਵਿੱਚੋਂ ਨਮਾਜ਼ ਪੜ੍ਹ ਕੇ ਵਾਪਸ ਆ ਜਾਂਦੇ ਸੀ ਤੇ ਉਹ ਬਾਅਦ ਵਿੱਚ ਨਮਾਜ਼ ਪੜ੍ਹਨ ਜਾਂਦਾ ਸੀ ਤੇ ਇੱਕ ਦਿਨ ਸਾਬਾ ਕਰਾਮ ਨੇ ਨਬੀ ਪਾਕ ਸਲੱਲਮ ਨੇ فرمایا ਯਾਰ ਰਸੂਲੱਲਾ ਇੱਕ ਬੰਦਾ ਤੇ ਸਾਰੇ ਨਮਾਜ਼ ਪੜ੍ਹ ਕੇ ਚਲੇ ਜਾਂਦੇ ਆ ਤੇ ਬਾਅਦ ਵਿੱਚ ਨਮਾਜ਼ ਪੜ੍ਹਦਾ ਹਾ ਉਹਨੂੰ ਪੁੱਛੋ ਕੀ ਮਜਬੂਰੀ ਆ ਕਿਉਂ ਬਾਅਦ ਵਿੱਚ ਪੜ੍ਹਦਾ ਤਰ ਕਿਉਂ ਜਮਾਤ ਕਰਦਾ ਉਹ ਯਾਰ ਰਸੂਲੱਲਾ ਅਬੂ ਬਾਕਰ ਸਲਾਲਾਹ ਸੱਲਮ ਨੇ فرمایا ਚਲੋ ਅੱਜ ਉਹਨੂੰ ਪੁੱਛਦੇ ਹਾਂ ਆਪਨੇ ਫਿਰ ਉਸ ਬੰਦੇ ਨੂੰ ਪੁੱਛਿਆ ਵੀ ਤੂੰ ਲੇਟ ਕਿਉਂ ਨਮਾਜ਼ ਪੜਦਾ ਸਾਡੇ ਨਾਲ ਕਿਉਂ ਨਹੀਂ ਨਮਾਜ਼ ਪੜਦਾ ਉਹ ਬੰਦਾ ਅੱਲਾ ਦਾ ਨਾ ਰੋ ਪਿਆ ਕਹਿੰਦਾ ਯਾਰ ਰਸੂਲ ਅੱਲਾ ਮੈਂ ਸਦਕੇ ਨਮਾਜ਼ ਤੋਂ ਆਪ ਤੋਂ ਪਰ ਮੇਰੇ ਨਾ ਸਾਡੇ ਘਰ ਦੇ ਵਿੱਚ ਇੰਨੀ ਗੁਰਬਤ ਆ ਇੰਨੀ ਗੁਰਬਤ ਆ ਕਿ ਮੈਂ ਫਕਤ ਨਮਾਜ਼ ਪੜਨਾ ਨਹੀਂ ਸਕਦਾ ਆਪਨੇ فرمایا ਮੈਨੂੰ ਦਾਸ ਤੇ ਸਹੀ ਉਸ ਬੰਦੇ ਨੇ ਕਿ ਯਾਰ ਰਸੂਲ ਅੱਲਾ ਸਾਡੇ ਘਰ ਚ ਦੋ ਤੰਦੂਰ ਬਣੇ ਹੋਏ ਆ ਯਾਨੀ ਕਿ ਖੱਡੇ-ਖੱਡੇ ਹੋਇਆ ਦੋ ਮੇਰੀ بیوی ਪਹਿਲੇ ਨਮਾਜ਼ ਪੜ੍ਹਦੀ ਆ ਇੱਕ ਹੀ ਚਾਦਰ ਆ ਸਾਡੇ ਘਰ ਵਿੱਚ ਮੇਰੀ بیوی ਨਮਾਜ਼ ਪੜ੍ਹ ਕੇ ਉਹ ਚਾਦਰ ਮੈਨੂੰ ਦਿੰਦੀ ਆ ਤੇ ਮੈਂ ਉਹ ਆਪਣੇ ਜਿਸਮ ਤੇ ਚਾਦਰ ਲਪੇਟ ਕੇ ਤੇ ਨਮਾਜ਼ ਪੜ੍ਹਨੋਂ ਨਾ ਇਸ ਵਜ੍ਹਾ ਤੋਂ ਮੈਂ ਲੇਟ ਹੋ ਜਾਨਾ ਕਿ ਸਾਡੇ ਘਰ ਦੇ ਵਿੱਚ ਫਿਰ ਮੈਂ ਨਮਾਜ਼ ਪੜ੍ਹ ਕੇ ਜਾਨਾ ਘਰ ਤੇ ਫਿਰ ਮੇਰੀ بیوی ਚਾਦਰ ਲਪੇਟਦੀ ਆ ਤੇ ਖਾਣਾ ਖਾਣੇ ਵਗੈਰਾ ਦਾ ਇੰਤਜ਼ਾਮ ਕਰਦੀ ਨਬੀ پاک ਬੜੇ ਪਰੇਸ਼ਾਨ ਹੋਏ ਆਪਨੇ ਨਾ ਬੈਤੁਲ ਮਾਲ ਵਿੱਚੋਂ ਊਂਠ ਭਰ ਕੇ ਨਾ ਦੋ ਤਿੰਨ ਅਨਾਜ ਦੇ ਉਸ ਬੰਦੇ ਨੂੰ ਫਰਮਾਇਆ ਵੀ ਲੈ ਜਾ ਆਪਣੇ ਘਰ ਲੈ ਗਿਆ ਬੰਦਾ ਜਾ ਕੇ ਦਰਵਾਜ਼ਾ ਖੜਕਾਇਆ بیوی ਲੱਗੋ ਜਿਸਮ ਆਪਣਾ ਛਪਾ ਕੇ ਬੈਠੀ ਸੀ ਤੰਦੂਰ ਵਿੱਚ بیوی ਨੂੰ ਕਹਿੰਦੇ ਵੀ ਜਲਦੀ ਦਰਵਾਜ਼ਾ ਖੋਲ ਮੈਂ ਮਾਲ ਲੈ ਕੇ ਆਇਆ ਨਬੀ پاک صلی اللہ علیہ وسلم ਨੇ ਮੈਨੂੰ ਬੈਤੁਲ ਮਾਲ ਵਿੱਚੋਂ ਮਾਲ ਦੇ ਊਂਠ ਭਰ ਕੇ ਦਿੱਤੇ ਆ ਤੇ ਹੁਣ ਆਪਣੀ ਗੁਰਬਤ ਖਤਮ ਹੋ ਜਾਣੀ ਆ ਅੱਗੋ ਬੀਬੀ ਨੇ ਆਵਾਜ਼ ਦਿੱਤਾ ਕਿ ਤੂੰ ਮਾਲ ਲੈ ਜਾ ਵਾਪਸ ਨਬੀ ਪਾਕ ਸੱਲ ਸੱਲ ਨੂੰ ਨਾ ਮਾਲ ਵਾਪਸ ਕਰਿਆ ਸਾਨੂੰ ਮਾਲ ਦੀ ਜ਼ਰੂਰਤ ਨਹੀਂ ਅੱਗੋ ਬੀਬੀ ਨੇ ਫਰਮਾਇਆ ਦੇਖੋ ਕਿ ਕਿੰਡੀ ਸਾਬਰ ਔਰਸੀ ਅੱਗੋ ਫਰਮਾਇਆ ਅਗਰ ਅੱਗੋ ਬੀਬੀ ਨੇ ਫਰਮਾਇਆ ਮੋੜਿਆ ਮਾਲ ਨਬੀ ਸਰਵਰ ਨੂੰ ਮਾਲ ਅਸੀਂ ਕੀ ਕਰਨਾ ਬੀਬੀ ਨੇ ਫਰਮਾਇਆ ਮੋੜਿਆ ਮਾਲ ਨਬੀ ਸਰਵਰ ਨੂੰ ਮਾਲੇ ਅਸੀਂ ਕੀ ਕਰਨਾ ਇੱਕ ਤੰਦਰੁਸਤੀ ਬਖਸ਼ੇ ਸਾਨੂੰ ਤੇ ਦੂਜਾ ਨਾ ਨੂਰ ਇਮਾਨੇ ਤੀਜੀ ਹੁਬ ਮੁਹੰਮਦ ਵਾਲੀ ਮਿਲ ਗਏ ਕੁੱਲ ਖਜ਼ਾਨੇ ਬੀਬੀ ਨੇ ਫਰਮਾਇਆ ਕਿ ਸਾਨੂੰ ਅਸੀਂ ਤੰਦਰੁਸਤਾਂ ਅਸੀਂ ਇਮਾਨਦਾਰ ਆ ਅਸੀਂ ਕੀ ਕਰਨਾ ਦੁਨੀਆ ਦਾ ਮਾਲ ਬੰਦਾ ਵਾਪਸ ਮਾਲ ਲੈ ਕੇ ਤੇ ਚਲਾ ਗਿਆ ਨਬੀ ਪਾਕ ਸल्लल्लाਹੁ ਅਲੈਹ ਵਸੱਲਮ ਕੋਲ ਕਹਿੰਦੇ ਮੇਰੀ ਬੀਵੀ ਨੇ ਕਿਹਾ ਵੀ ਅਸੀਂ ਮਾਲ ਨਹੀਂ ਰੱਖਣਾ ਨਬੀ ਪਾਕ ਨੇ ਦੇਖ ਕੇ ਉਸ ਬੰਦੇ ਦਾ ਹਸਾਬ ਕਿ ਬੀਵੀ ਇੰਨੀ ਸਾਬਰ ਬੀਵੀ ਆ ਕਿ ਜਿਹਨੇ ਮਾਲ ਨਹੀਂ ਰੱਖਿਆ ਅੱਜ ਕੱਲ ਤੇ ਦੁਨੀਆਂ ਤਕਰੀਬਨ ਮਾਲ ਤੇ ਮਰਦੀਆਂ ਜਿਸ ਹਾਲ ਦੇ ਵਿੱਚ ਸ਼ੋਹਰ ਨੂੰ ਕਹਿਣਾ ਬਸ ਕਮਾ ਕੇ ਘਰ ਲੈ ਆਵੇ ਜਿੱਦਾਂ ਮਰਜ਼ੀ ਅچھے ਤਰੀਕੇ ਨਾਲ ਜਾਂ ਬੁਰੇ ਤਰੀਕੇ ਨਾਲ ਜਦੋਂ ਮਾਲ ਵਾਪਸ ਲੈ ਕੇ ਆਇਆ ਆਪਨੇ ਫਰਮਾਇਆ ਬਾਕੀ ਸਹਾਬਾਂ ਨੂੰ ਲੋਕਾਂ ਨੂੰ ਕਿ ਜਿਸ ਨੇ ਜੰਨਤ ਦਾ ਦਰਵਾਜ਼ਾ ਦੇਖਣਾ ਬੀਬੀ ਸਾਬਰਾ ਦਾ ਜਾ ਕੇ ਦਰਵਾਜ਼ਾ ਦੇਖੋ ਇਹ ਇਨੀ ਸਾਬਰ ਔਰਤ ਆ ਕਿ ਜਨੇ ਮਾਲ ਵਾਪਸ ਕਰ ਦਿੱਤਾ ਕਹਿੰਦੀ ਅਸੀਂ ਇਸੇ ਹਾਲ ਸੀ ਅਸੀਂ ਰਹਿਣਾ ਆਪਣੇ ਬੰਦੇ ਨੂੰ ਕਹਿੰਦੀ ਸਾਬਰ ਬੀਵੀ ਨੇ ਦੇਖ ਲਓ ਕਿ ਕਿੰਨਾ ਕਿੰਨਾ ਉਸ ਬੀਵੀ ਦਾ ਹੌਸਲਾ ਸੀ ਕਹਿੰਦੀ ਰੱਬ ਆਪਣੇ ਦੀਆਂ ਗੱਲਾਂ ਕਰੀਏ ਕੀ ਜ਼ਰੂਰਤ ਸਾਨੂੰ ਜਿਸ ਹਾਲ ਵਿੱਚ ਅੱਲਾ ਰੱਖੇ ਹੈ ਮਨਜ਼ੂਰ ਹੈ ਸਾਨੂੰ ਤੇ ਅੱਜਕੱਲ ਤੇ ਅੱਲਾ ਮਾਫ ਕਰੇ ਗੁਰਬਤ ਵੀ ਅੱਲਾ ਪਾਕ ਦੂਰ ਕਰਦਾ ਅੱਲਾ ਪਾਕ ਸਭ ਦੀ ਗੁਰਬਤ ਦੂਰ ਕਰੇ ਹਰ ਮਜਬੂਰ ਦਾ ਅੱਲਾ ਪਾਕ ਸਾਥ ਦੇ ਹਰ ਇੱਕ ਨੂੰ ਅੱਲਾ ਪਾਕ ਰਿਜ਼ਕ ਦੇਵੇ ਕੋਈ ਪਰੇਸ਼ਾਨ ਨਾ ਰਵੇ ਅੱਲਾ ਪਾਕ ਦੀ ਇਸ ਦੁਨੀਆ ਵਿੱਚ